ਵਰਾਂ ਦੀ ਖਬਰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸਤਿ ਸ਼ਬਦ ਸਤਿ ਸ਼ਬਦਾਂ ਦੇ ਵਿੱਚ ਹੀ ਸਾਰਾ ਫਲਸਫਾ ਕੁਦਰਤ ਦਾ ਕੁਦਰਤ ਨੂੰ ਅਸੀਂ ਕਿਵੇਂ ਸਾਂਭਣਾ ਹੈ ਕਿਵੇਂ ਪਿਆਰ ਕਰਨਾ ਹੈ ਕਿਵੇਂ ਬਚਾਉਣਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਫ਼ ਸ਼ਬਦਾਂ 'ਚ ਤੁਹਾਨੂੰ ਆਖਦੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਵਨ ਨੂੰ ਸ਼ੁੱਧ ਕਿਵੇਂ ਰੱਖਣਾ ਹੈ ਪਾਣੀ ਨੂੰ ਕਿਵੇਂ ਬਚਾਉਣਾ ਹੈ ਧਰਤ ਦੀ ਰੱਖਿਆ ਕਿਵੇਂ ਕਰਨੀ ਹੈ ਅੱਜ ਕਉਮਾਂਤਰੀ ਵਾਤਾਵਰਨ ਦਿਵਸ ਮਨਾਏ ਜਾ ਰਹੇ ਨੇ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਅੱਜ ਤੋਂ 550 ਸਾਲ ਪਹਿਲਾਂ ਬਿਲਕੁਲ ਅਸੀਂ 550 ਸਾਲਾ ਉਹਨਾਂ ਦਾ ਮਨਾਉਣ ਜਾ ਰਹੇ ਹਾਂ ਇਹਦਾ ਮਤਲਬ ਉਹਨਾਂ ਕਿੰਨੇ ਸਾਲ ਪਹਿਲਾਂ ਹੀ 500 ਸਾਲ ਪਹਿਲਾਂ ਹੀ ਇਹ ਸ਼ਬਦ ਉਚਾਰ ਕੇ ਸਾਨੂੰ ਦੱਸ ਦਿੱਤਾ ਸੀ ਕਿ ਕਿਤੇ ਨਾ ਕਿਤੇ ਸਾਡੇ ਲਈ ਕੁਦਰਤ ਬਹੁਤ ਵੱਡੀ ਚੀਜ਼ ਹੈ ਜੇਕਰ ਅਸੀਂ ਕੁਦਰਤ ਨੂੰ ਨਾ ਸੰਭਾਲਿਆ ਤਾਂ ਜੀਵਨ ਸੰਭਣਾ ਔਖਾ ਹੋ ਜਾਊਗਾ ਅੱਜ ਜਿਹੜੀ ਸਥਿਤੀ ਹੈ ਅੱਜ ਜੋ ਦੇਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਵਾਤਾਵਰਨ ਨੂੰ ਲੈ ਕੇ ਜੋ ਸਥਿਤੀ ਬਣੀ ਹੈ ਉਹ ਬਹੁਤ ਚਿੰਤਾਜਨਕ ਹੈ ਖਬਰਾਂ ਨਸਰ ਹੋ ਰਹੀਆਂ ਕਿ ਅੱਜ ਦੁਨੀਆ ਭਰ ਦੇ ਵਿੱਚ ਸਾਹ ਲੈਣਾ ਤਾਂ ਔਖਾ ਹੋ ਰਿਹਾ ਅੱਜ ਪੰਜਾਬ ਦੇ ਵਿੱਚ ਪਾਣੀ ਖਤਮ ਹੋ ਰਹੇ ਨੇ ਧਰਤੀ ਹੇਠਲੇ ਪਾਣੀ ਮੁੱਕ ਰਹੇ ਨੇ ਨਹਿਰੀ ਪਾਣੀ ਦੀ ਵੰਡ ਨੂੰ ਲੈ ਕੇ ਸੂਬਿਆਂ ਦੀ ਲੜਾਈ ਚੱਲ ਰਹੀ ਹੈ ਤੇ ਕਿਤਨਾ ਕਿਤੇ ਆਉਣ ਵਾਲਾ ਤੀਸਰਾ ਵਿਸ਼ਵ ਯੁੱਧ ਜੇਕਰ ਕਦੇ ਕਿਸੇ ਦੁਨੀਆ 'ਚ ਹੁੰਦਾ ਹੈ ਤਾਂ ਉਹ ਪਾਣੀਾਂ ਲਈ ਹੋ ਸਕਦਾ ਹੈ ਇਸ ਲਈ ਮੈਂ ਅੱਜ ਰਿਪੋਰਟ ਲੈ ਕੇ ਆ ਕਿ ਪੰਜਾਬ ਦੇ ਵਿੱਚ ਹੁਣ ਮਹਮ ਚੱਲਣ ਲੱਗੀ ਆ। ਪੰਜਾਬ ਦੇ ਲੋਕਾਂ ਨੂੰ ਹੁਣ ਸਮਝ ਆਉਣ ਲੱਗੀ ਆ ਕਿ ਸਾਨੂੰ ਕੁਦਰਤ ਨੂੰ ਬਚਾਉਣਾ ਹੈ। ਅਸੀਂ ਧਰਤੀ ਮਾਂ ਦੀ ਵੀ ਰੱਖਿਆ ਕਰਨੀ ਆ। ਅਸੀਂ ਆਪਣਾ ਪਾਣੀ ਵੀ ਸ਼ੁੱਧ ਕਰਨਾ ਹੈ। ਅਸੀਂ ਕਿਤੇ ਨਾ ਕਿਤੇ ਆਬੋ ਹਵਾ ਵੀ ਸਾਫ਼ ਰੱਖਣੀ ਆ। ਇਸ ਲਈ ਜਾਗਰੂਕਤਾ ਹੋ ਰਹੀ ਆ। ਸਰਕਾਰ ਪੱਧਰ ਤੇ ਵੀ ਤੇ ਸੰਸਥਾਵਾਂ ਦੇ ਪੱਧਰ ਤੇ ਵੀ। ਮੈਂ ਜੇਕਰ ਗੱਲ ਕਰਾਂ ਤਾਂ 550 ਸਾਲਾ ਪ੍ਰਕਾਸ਼ਪੁਰਬ ਨੂੰ ਸਮਰਪਿਤ ਸਰਕਾਰੀ ਇੱਕ ਫੈਸਲਾ ਲੈਂਦੀ ਆ ਕਿ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਹਰ ਪਿੰਡ ਜਿੰਨੇ ਪੰਜਾਬ ਦੇ ਪਿੰਡ ਨੇ ਉਹਨਾਂ ਦੇ ਹਰ ਪਿੰਡ ਦੇ ਵਿੱਚ 550 ਬੂਟੇ ਲਾਏ ਜਾਂ। ਪਿਛਲੇ ਸਾਲ ਨਵੰਬਰ ਦੇ ਵਿੱਚ ਜਦੋਂ ਗੁਰਪੁਰਬ ਸੀਗਾ ਉਸ ਦਿਨ ਕੈਪਟਨ ਅਮਰਿੰਦਰ ਹੋਰੀ ਇਸ ਮਹਮ ਦਾ ਉਦਘਾਟਨ ਕਰਦੇ ਨੇ ਇੱਕ ਪਿੰਡ ਚ 550 ਬੂਟੇ ਲਾਉਂਦੇ ਨੇ ਤੇ ਉਹ ਮਹਮ ਚੱਲਦੀ ਆ। ਤੇ ਅੱਜ ਕਪੂਰਥਲਾ ਜ਼ਿਲ੍ਹਾ ਉਸ ਮਹਮ ਦੇ ਵਿੱਚ ਸਭ ਤੋਂ ਮੋਹਰੀ ਸੁਭਾ ਬਣ ਕੇ ਮੋਰੀ ਜ਼ਿਲ੍ਹਾ ਬਣ ਕੇ ਸਾਹਮਣੇ ਆ ਰਿਹਾ। ਬਿਲਕੁਲ। ਕਪੂਰਥਲੇ ਦੇ 546 ਪਿੰਡ ਨੇ ਜੀ। ਤੇ ਉਹਦੇ ਵਿੱਚੋਂ 200 ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ 550 ਬੂਟੇ ਲਾ ਦਿੱਤੇ ਗਏ। ਮਤਲਬ 546 ਵਿੱਚੋਂ 200 ਪਿੰਡਾਂ ਦੇ ਵਿੱਚ 1,20,000 ਬੂਟੇ ਲਾਤੇ ਤੇ ਪਿੱਛੇ ਬਚੇ 346 ਪਿੰਡਾਂ ਦੇ ਵਿੱਚ ਵੀ ਬੂਟੇ ਲਾਉਣ ਦੀ ਮਹਿੰਮ ਜਾਰੀ ਹੈ ਤੇ 1,80,000 ਬੂਟੇ ਆਉਂਦੇ ਦਿਨਾਂ ਚ ਉੱਥੇ ਲਾ ਦਿੱਤੇ ਜਾਣੇ ਨੇ 1 ਲੱਖ ਪੂਰਥਲਾ ਜ਼ਿਲ੍ਹਾ ਹੋਰ ਜ਼ਿਲ੍ਹਿਆਂ ਚ ਵੀ ਮਹਿੰਮ ਚੱਲ ਰਹੀ ਹੈ ਪਰ ਉਹ ਉਨੀ ਤੇਜ਼ ਨਹੀਂ ਹੈ ਉਨੀ ਸਰਗਰਮ ਨਹੀਂ ਹੈ ਕਿਤਨਾ ਕਿਤੇ ਦੇ ਲਈ ਪਿੰਡਾਂ ਦੀਆਂ ਪੰਚਾਇਤਾਂ ਪਿੰਡਾਂ ਦੇ ਨੌਜਵਾਨ ਸੰਗਠਨ ਪਿੰਡਾਂ ਦੀਆਂ ਸੁਸਾਇਟੀਆਂ ਪਿੰਡਾਂ ਦੀਆਂ ਹੋਰ ਧਾਰਮਿਕ ਸਮਾਜਿਕ ਸੰਸਥਾਵਾਂ ਨੂੰ ਸਾਹਮਣੇ ਆਣਾ ਪੈਣਾ ਕਿ ਜੇਕਰ ਹਰ ਪਿੰਡ 550 ਪੰਜਾਬ ਬੂਟੇ ਲਾ ਦਵੇ ਤਾਂ ਮੈਨੂੰ ਲੱਗਦਾ ਪੰਜਾਬ ਦੀ ਆਬੋ ਹਵਾ ਗੰਧਲੀ ਹੋ ਸਕਦੀ ਹੈ ਕਿਤੇ ਨਾ ਕਿਤੇ ਇਹਦੇ ਲਈ ਹੁਣ ਸਾਡਾ ਰੋਲ ਜ਼ਰੂਰੀ ਹੈ ਖਾਸ ਕਰਕੇ ਜੇਕਰ ਤੁਸੀਂ ਆਪਣੇ ਘਰਾਂ ਚਾਹੁੰਦੇ ਹੋ ਕਿ ਤੁਹਾਡੇ ਹਰ ਘਰ ਦੇ ਹਰ ਕਮਰੇ ਚ ਏਸੀ ਹੋਵੇ ਤਾਂ ਇਹ ਵੀ ਕਿਉਂ ਨਹੀਂ ਚਾਹੁੰਦੇ ਕਿ ਸਾਡੇ ਹਰ ਪਿੰਡ ਦੀ ਹਰ ਗਲੀ ਹਰ ਮੋੜ ਹਰ ਮਹੱਲੇ ਹਰ ਚੌਂਕ ਦੇ ਵਿੱਚ ਬੂਟਾ ਵੀ ਹੋਵੇ ਤੇ ਇਸ ਲਈ ਏਸੀ ਤਾਂ ਲਵਾਓ ਜੇ ਲਵਾਉਣੇ ਆ ਪਰ ਨਾਲ ਬੂਟੇ ਲਾਉਣੇ ਨਾ ਭੁੱਲੋ ਪੁਰਾਣੇ ਬਜ਼ੁਰਗਾਂ ਦੀ ਤਰਵੈਣੀਆਂ ਨੂੰ ਯਾਦ ਰੱਖੋ ਇਸੇ ਤਰ੍ਹਾਂ ਜੇਕਰ ਤੁਹਾਡੀ ਇੱਛਾ ਹੈ ਕਿ ਕਾਰਾਂ ਹੋਣ ਸਾਡੇ ਘਰ ਚ ਤਿੰਨ ਕਾਰਾਂ ਖੜੀਆਂ ਤਾਂ ਤਰਵੈਣੀ ਵੀ ਕਲਾ ਦਿਓ ਇੱਕ ਪਿੱਪਲ ਇੱਕ ਬੋਰਡ ਇੱਕ ਨਿੰਮ ਤਾਂ ਮੇਨ ਲਾਦਾ ਸੀ ਪੰਜਾਬ ਨੂੰ ਦੇਸ਼ ਨੂੰ ਜੇਕਰ ਇਹ ਇਹੀ ਮਹਮ ਪੂਰੇ ਦੇਸ਼ ਦੇ ਹਰ ਪਿੰਡ ਚ ਤੁਰ ਪਵੇ ਤਾਂ ਕਿੱਡੀ ਵੱਡੀ ਗੱਲ ਹੈ ਅੱਛਾ ਹ ਇਸ ਦੇ ਵਿੱਚ ਇੱਕ ਸੰਤ ਬਲਬੀਰ ਸਿੰਘ ਸਿੰਚੇਵਾਲ ਪੰਜਾਬ ਦੇ ਵਿੱਚ ਸੰਤਾਂ ਦੀ ਬਹੁਤ ਪੌਮ ਕਰ ਰਹੀ ਹੈ ਮਹਾਪੁਰਸ਼ਾਂ ਦੀ ਬਹੁਤ ਪੌਮ ਕਰ ਰਹੀ ਹੈ ਇਸ ਲਈ ਸੰਤ ਬਲਬੀਰ ਸਿੰਘ ਸਿੰਚੇਵਾਲ ਵੀ ਇਸ ਮਹਮ ਨੂੰ ਕਾਫੀ ਅੱਗੇ ਤੱਕ ਲੈ ਕੇ ਗਏ ਨੇ ਉਹ ਲਗਾਤਾਰ ਇਹੋ ਗੱਲ ਕਰਦੇ ਨੇ ਕਿ ਕਿਤਨਾ ਕਿਤੇ ਬਾਤਾਂ ਵਰਨੂ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਕਾਲੀ ਬਈ ਸਾਫ਼ ਕਰਕੇ ਕਿ ਦੁਨੀਆ ਪਰਦੇ ਵਿੱਚ ਦੱਸਿਆ ਕਿ ਜੇਕਰ ਇਨਸਾਨ ਕੁਝ ਕਰਨ ਤੇ ਆਵੇ ਤਾਂ ਸੰਭਵ ਹੈ। ਗੰਗਾ ਨਦੀ ਅਸੀਂ ਉਹਨੂੰ ਮਾਂ ਗੰਗਾ ਕਹਿੰਦੇ ਆ ਤੇ ਉਸ ਦੀ ਸਫਾਈ ਅਜੇ ਤੱਕ ਸਰਕਾਰਾਂ ਨਹੀਂ ਕਰਾ ਪਾਈਆਂ। ਹਰ ਸਾਲ ਉਹਦੇ ਨਾਂ ਤੇ ਲੱਖਾਂ ਕਰੋੜਾਂ ਰੁਪਈਆ ਫੰਡ ਜਾਰੀ ਹੁੰਦਾ। ਕਿਤਨਾ ਕਿਤੇ ਫੰਡਾਂ ਨੂੰ ਲੈ ਕੇ ਵੀ ਅਸੀਂ ਉਲਝ ਕੇ ਰਹਿ ਜਾਂਦੇ ਆ ਤੇ ਸਫਾਈ ਵਾਲੀ ਅਸਲੀ ਮੁੱਦੇ ਤੋਂ ਭਟਕ ਜਾਂਦੇ ਆ। ਇਸ ਲਈ ਜਦੋਂ ਕੋਈ ਸਮਾਜਿਕ ਸੰਸਥਾ ਇਸ ਮੁੱਦੇ ਨੂੰ ਚੁੱਕੇ ਫਿਰ ਉਹ ਹੋਰ ਢੰਗ ਨਾਲ ਕੰਮ ਹੁੰਦਾ ਤੇ ਕਾਲੀ ਬਈ ਸਾਫ਼ ਹੋ ਗਈ। ਤੇ ਹੁਣ ਬੂਟੇ ਲਾਉਣ ਵਾਲੀ ਮਹਿੰਮ ਵੀ ਸੰਤ ਬਲਬੀਰ ਸਿੰਘ ਸਿੰਘ ਚਾਲ ਹੋ ਰਹੀ ਨੇ ਬੱਡੀ ਆ ਜੀ। ਬਿਲਕੁਲ ਉਹਨਾਂ ਨੇ 100 ਪਿੰਡਾਂ ਦੇ ਵਿੱਚ 55000 ਬੂਟੇ ਲਾ ਦਿੱਤੇ ਨੇ ਹੁਣ ਤੱਕ 100 ਪਿੰਡਾਂ ਦੇ ਵਿੱਚ ਉਹ ਲਗਾਤਾਰ ਲਾਉਂਦੇ ਆ ਰਹੇ ਨੇ ਤੇ ਹੁਣ ਵੀ ਉਹਨਾਂ ਨੇ ਨਵੰਬਰ ਮਹੀਨੇ ਲਈ ਪਨੀਰੀ ਤਿਆਰ ਕਰਨੀ ਸ਼ੁਰੂ ਕਰਤੀ ਬੂਟਿਆਂ ਦੀ ਉਹਨਾਂ ਨੇ ਨਰਸਰੀਆਂ ਲਾਈਆਂ ਨੇ ਜਿਹਦੇ ਵਿੱਚ ਛੋਟੇ ਬੂਟੇ ਤਿਆਰ ਕੀਤੇ ਜਾ ਰਹੇ ਨੇ ਤੇ ਉਹਨਾਂ ਨੇ ਚਾਰ ਨਰਸਰੀਆਂ ਜਿਹੜੇ ਬੂਟੇ ਤਿਆਰ ਹੋ ਰਹੇ ਨੇ ਉਹਨਾਂ ਦਾ ਟੀਚਾ ਹੈ ਕਿ ਮੈਂ 8 ਲੱਖ ਬੂਟਾ ਇਸ ਨਵੰਬਰ ਤੱਕ ਲਾ ਦੇਣਾ ਹੈ 55000 ਲਾਤਾ ਤੇ ਉਹਨਾਂ ਨਾਲ ਸੰਗਤ ਹੈ ਸੰਸਥਾ ਨਾਲ ਹੋਰ ਜੁੜ ਰਹੀਆਂ ਨੇ ਲਗਾਤਾਰ ਸੰਤ ਬਲਬੀਰ ਸਿੰਘ ਦੀ ਅਗਵਾਈ ਦੇ ਵਿੱਚ ਸੰਤ ਬਲਬੀਰ ਸਿੰਘ ਸੀਂਚੇਵਾਲ ਬਿਲਕੁਲ ਜੀ ਉਹਨਾਂ ਵੱਲੋਂ ਹੁਣ ਟੀਚਾ ਮਿੱਥਿਆ ਗਿਆ ਕਿ ਅਸੀਂ 8 ਲੱਖ ਬੂਟੇ ਨਵੰਬਰ ਤੱਕ ਪ੍ਰਕਾਸ਼ਪੁਰਬ ਤੱਕ ਗੁਰੂ ਸਾਹਿਬ ਦੇ 550 ਸਾਲਾ ਲਗਾ ਦੇਣੇ ਆ ਚੰਗੀ ਗੱਲ ਹੈ ਮੇਰੇ ਜਹਾਂ ਚਾਉਂਦਾ 300 ਸਾਲਾ ਖਾਲਸਾਪਨ ਦੀ ਸਥਾਪਨਾ ਦਾ 300 ਸਾਲਾ ਅਨੰਦਪੁਰ ਸਾਹਿਬ ਜਦੋਂ ਮਨਾਇਆ ਗਿਆ ਸੀ ਤਦ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਉਹ ਬੂਟੇ ਵੰਡਣ ਦਾ ਮਹਾਂਮ ਸ਼ੁਰੂ ਕਰ ਦਿੰਦੇ ਆ ਪ੍ਰਸ਼ਾਦ ਦੇ ਰੂਪ ਵਿੱਚ ਸੰਗਤ ਨੂੰ ਬੂਟਾ ਧੱਕਾ ਮੁੱਕੀ ਹੁੰਦੀ ਸੀ ਕਿ ਅਸੀਂ ਬੂਟੇ ਦਾ ਪ੍ਰਸ਼ਾਦ ਕਿਸ ਘਟ ਸਾਹਿਬ ਤੋਂ ਗੁਰੂ ਸਾਹਿਬ ਦੇ ਘਰ ਤੋਂ ਲੈ ਕੇ ਜਾਣਾ ਤੇ ਫਿਰ ਉਸ ਨੂੰ ਆਪਣੇ ਖੇਤਾਂ ਵਿੱਚ ਆਪਣੇ ਘਰਾਂ ਵਿੱਚ ਆਪਣੇ ਬਾੜੇ ਵਿੱਚ ਲਾਇਆ ਲੋਕਾਂ ਨੇ ਸੰਭਾਲਿਆ ਕਿ ਪ੍ਰਸ਼ਾਦ ਦੇ ਰੂਪ ਵਿੱਚ ਮਿਲਿਆ ਅਜਿਹੀ ਮਹਿਮ ਚਲਾਈ ਜਾ ਸਕਦੀ ਹੈ ਮੰਦਰਾਂ ਗੁਰਦੁਆਰਿਆਂ ਚੋਂ ਪ੍ਰਸ਼ਾਦ ਦੇ ਰੂਪ ਜੇਕਰ ਬੂਟੇ ਮਣ ਇੱਕ ਵਾਰ ਮਹਿਮ ਤਾਂ ਬੀਬੀ ਹਰਸਿਮਰਤ ਕੌਰ ਨੇ ਵੀ ਚਲਾਈ ਸੀ ਨੰਨੀ ਚਾ ਰਾਜਨੀਤੀ ਦੇ ਵਿੱਚ ਸਾਹਮਣੇ ਆਉਣ ਲਈ ਉਹ ਮਹਿਮ ਸੀ ਉਹਨਾਂ ਉਹ ਪੰਜਾਬ ਲਈ ਉਹਨਾਂ ਉਹ ਨੰਨੀ ਛਾਂ ਲਈ ਉਹਨਾਂ ਉਹ ਕੁੜੀਆਂ ਲਈ ਉਹਨਾਂ ਉਹ ਬੂਟਿਆਂ ਲਈ ਨਹੀਂ ਸੀ ਜਿਨ੍ਹਾਂ ਖੁਦ ਨੂੰ ਰਾਜਨੀਤੀ ਵਿੱਚ ਚਮਕਾਉਣ ਲਈ ਸੀ ਉਹਨਾਂ ਦਿਨਾਂ ਦੇ ਵਿੱਚ ਨੰਨੀ ਛਾ ਦੇ ਰੂਪ ਵਿੱਚ ਬਹੁਤ ਸਾਰੇ ਪੂਰੇ ਪੰਜਾਬ ਤੋਂ ਸਮਾਗਮ ਹੋਏ ਚਲੋ ਉਸ ਬਹਾਨੇ ਕੁਝ ਬੂਟੇ ਲਾਏ ਵੀ ਗਏ ਕੁਝ ਬੂਟੇ ਬੰਡੇ ਵੀ ਗਏ ਤੇ ਫਿਰ ਹਰਸਿਮਰਤ ਕੋ ਰਾਜਨੀਤੀ ਵਿੱਚ ਸਰਗਰਮ ਹੋ ਗਏ ਐਮਪੀ ਲਗਾਤਾਰ ਜਿੱਤ ਕੇ ਦਿੱਲੀ ਜਾਂਦੇ ਰਹੇ ਤੇ ਨੰਨੀ ਛਾਂ ਨੂੰ ਭੁੱਲਦੇ ਗਏ ਬੇਸ਼ੱਕ ਉਸ ਸਾਲ ਗੁਰਦੁਆਰਿਆਂ ਚੋਂ ਮਹਿਮ ਚੱਲੀ ਨੰਨੀ ਛਾਂ ਦੇ ਨਾਂ ਤੇ ਸ਼੍ਰੋਮਣੀ ਕਮੇਟੀ ਨੇ ਵੀ ਬੂਟੇ ਬੰਡੇ ਹਰਸਿਮਰਤ ਦੀ ਪਰ ਉਹ ਵੀ ਹੌਲੀ ਹੌਲੀ ਭੁੱਲ ਗਏ ਇਸ ਲਈ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡੀਆਂ ਧਾਰਮਿਕ ਸੰਸਥਾਵਾਂ ਸਮਾਜਿਕ ਸੰਸਥਾਵਾਂ ਜੇਕਰ ਇਸੇ ਤਰ੍ਹਾਂ ਪ੍ਰਸ਼ਾਦ ਦੇ ਰੂਪ ਵਿੱਚ ਬੂਟੇ ਵੰਡਦੇ ਰਹਿਣ ਤੇ ਪ੍ਰਸ਼ਾਦ ਨੂੰ ਲੈ ਕੇ ਲੋਕ ਸਾਂਭਣ ਲਈ ਫਿਰ ਕੋਸ਼ਿਸ਼ ਕਰਨਗੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਸੀਂ ਪੰਜਾਬ ਦੀ ਆਬੋ-ਹਵਾ ਬਚਾ ਸਕਦੇ ਹਾਂ ਪਰ ਇੱਕ ਚਿੰਤਾ ਜਿਹੜੀ ਹੋਰ ਹੈ ਮੈਨੂੰ ਉਹ ਹੈ ਅਸੀਂ ਮਹਿੰਮ ਕਿਵੇਂ ਚਲਾਉਨੇ ਆ ਜੀ ਫੇਸਬੁੱਕ ਤੇ ਲਿਖ ਕੇ ਆ ਕਹਿੰਦੇ ਕਿ ਕਾਗਜ਼ ਦੇ ਫੁੱਲਾਂ ਚੋਂ ਕਦੇ ਖੁਸ਼ਬੂ ਨਹੀਂ ਆਉਂਦੀ ਤੇ ਜਿਹੜੇ ਨੈਟ ਤੇ ਸੀ سوشل ਮੀਡੀਆ ਤੇ ਫੁੱਲ ਬੂਟੇ ਪਾ ਰਹੇ ਆ ਖੁਸ਼ਬੂ ਉਹਨਾਂ ਨੇ ਵੀ ਨਹੀਂ ਦੇਣੀ ਛਾਂ ਉਹਨਾਂ ਨੇ ਵੀ ਨਹੀਂ ਦੇਣੀ ਇਸ ਲਈ ਘਰਾਂ ਦੇ ਕਮਰਿਆਂ ਚੋਂ ਨਿਕਲ ਕੇ ਫੋਨ ਨੂੰ ਛੱਡ ਕੇ ਮੋਬਾਈਲ ਨੂੰ ਛੱਡ ਕੇ ਲੈਪਟਾਪ ਨੂੰ ਛੱਡ ਕੇ ਆਪਣੇ ਕੰਪਿਊਟਰ ਤੇ ਮਾਊਸ ਨੂੰ ਛੱਡ ਕੇ ਬਾਹਰ ਜਾਣਾ ਪੈਣਾ ਧਰਤੀ ਦੇ ਵਿੱਚ ਬੀਜ ਬੀਜਣਾ ਪੈਣਾ ਬੂਟਾ ਲਾਉਣਾ ਪੈਣਾ ਛਾਂ ਉਹਨੇ ਦੇਣੀ ਵਾਤਾਵਰਨ ਨੂੰ ਨੇ ਬਚਾਉਣਾ ਨਾ ਕਿ ਇਹਨੂੰ 10 ਜਣਿਆਂ ਨੂੰ ਸ਼ੇਅਰ ਕਰਦੇ ਹੋ ਜੀ ਬੂਟੇ ਲਾਏ ਜਾਣ ਆਬੋ ਹਵਾ ਸਾਫ ਰੱਖੀ ਜਾਵੇ ਇਸੀ ਘਟ ਚਲਾਏ ਜਾਣ ਗੱਲਾਂ ਲਿਖ ਕੇ ਗੱਲ ਨਹੀਂ ਬਣਨੀ ਉਸ ਨੂੰ ਹਕੀਕਤ ਦੇ ਰੂਪ ਚ ਅਪਣਾਉਣਾ ਪੈਣਾ ਇਸ ਲਈ ਜਿਹੜੇ ਲੋਕ ਸੋਸ਼ਲ ਮੀਡੀਆ ਰਾਈ ਮਹਿੰਮ ਚਲਾਉਂਦੇ ਨੇ ਉਹਨਾਂ ਨੂੰ ਸੋਚਣਾ ਪੈਣਾ ਸਰਕਾਰੀ ਗੈਰ ਸਰਕਾਰੀ ਸੰਸਥਾਵਾਂ ਕਈ ਵਾਰ ਸਿਰਫ ਫੰਡ ਲੈ ਕੇ ਚੁੱਪ ਕਰ ਜਾਂਦੀਆਂ ਨੇ ਸਾਰੀਆਂ ਨਹੀਂ ਕੁਝ ਕੁ ਤੇ ਜਿਹੜੀਆਂ ਅਜਿਹਾ ਕੁਝ ਕਰਦੀਆਂ ਨੇ ਉਹਦੇ ਨਾਲ ਚੰਗਾ ਕੰਮ ਕਰਨ ਵਾਲੀਆਂ ਫਿਰ ਬਦਨਾਮ ਹੋ ਜਾਂਦੀਆਂ ਨੇ ਕਿ ਨਹੀਂ ਜੀ ਇਹ ਤਾਂ ਸਿਰ ਪੈਸਿਆਂ ਲਈ ਮਹਿੰਮ ਇੱਥੇ ਅਖਬਾਰਾਂ ਨੇ ਵੀ ਮਹਿਮ ਚਲਾਈ ਆ ਕਈ ਵਾਰ ਰੁਖ ਲਾਉਣ ਦੀ ਉਹ ਉਹ ਵੀ ਕਈ ਵਾਰ ਹੋਰ ਪਾਸੇ ਨੂੰ ਮੋੜਾ ਕੱਟਦੀਆਂ ਨਜ਼ਰ ਆਈਆਂ ਇਸ ਲਈ ਸਮਝਣ ਦੀ ਲੋੜ ਹੈ ਕਿ ਸਾਨੂੰ ਮੀਡੀਆ ਚੋਂ ਬਾਹਰ ਨਿਕਲ ਕੇ ਸੋਸ਼ਲ ਮੀਡੀਆ ਚੋਂ ਬਾਹਰ ਨਿਕਲ ਕੇ ਆਪਣੇ ਟਵਿੱਟਰ ਫੇਸਬੁੱਕ ਇਹਨਾਂ ਅਕਾਊਂਟਾਂ ਚੋਂ ਬਾਹਰ ਨਿਕਲ ਕੇ ਵਟਸਐਪ ਚੋਂ ਬਾਹਰ ਨਿਕਲ ਕੇ ਹਕੀਕਤ ਦੇ ਰੂਪ ਵਿੱਚ ਬਾਹਰ ਆ ਕੇ ਮਹਿਮ ਚਲਾਉਣੀ ਪੈਣੀ ਆ ਫੇਰ ਗੱਲ ਕਿਤੇ ਬਣ ਸਕਦੀ ਆ ਨਹੀਂ ਤਾਂ ਇਹ ਨਾ ਹੋਵੇ ਕਿ ਅਸੀਂ ਸਿਰਫ ਫੇਸਬੁੱਕ ਤੇ ਰਹਿ ਜਾਈਏ ਤੇ ਹਕੀਕਤ ਦੇ ਵਿੱਚ ਸਾਡੇ ਸਿਰ ਤੇ ਛਾਈ ਨਾ ਹੋਵੇ ਬਿਲਕੁਲ ਮੈਂ ਤੁਹਾਨੂੰ ਹੋਰ ਅੰਕੜੇ ਦੱਸਣਾ ਇਹ ਬਹੁਤ ਡਰਾਵਣਾ ਅੰਕੜਾ ਜਿਹੜਾ ਮੈਂ ਅੱਜ ਹੀ ਪੜਿਆ ਅੱਜ ਹੀ ਨੋਟ ਕੀਤਾ ਤੇ ਮੈਂ ਤੁਹਾਡਾ ਨਾਲ ਸਾਂਝਾ ਕਰ ਰਿਹਾ ਪੂਰੀ ਦੁਨੀਆ ਦੀ 92% ਦੀ ਆਬਾਦੀ ਸਾਫ਼ ਹਵਾ 'ਚ ਸਾਹ ਨਹੀਂ ਲੈ ਰਹੀ ਮਤਲਬ ਦੁਨੀਆ ਦੇ 8% ਦੀ ਲੋਕ ਨੇ ਜਿਹੜੇ ਸਿਰਫ ਸਾਫ਼ ਹਵਾ 'ਚ ਸਾਹ ਲੈ ਪੈ ਰਹੇ ਨੇ 92% ਦੀ ਲੋਕ ਗੰਧਲੀ ਹਵਾ 'ਚ ਦੂਸ਼ਿਤ ਹਵਾ 'ਚ ਪ੍ਰਦੂਸ਼ਿਤ ਹਵਾ 'ਚ ਸਾਹ ਲੈ ਰਹੇ ਨੇ ਇਸ ਲਈ ਹੁਣ ਸਮਝਣ ਦੀ ਲੋੜ ਹੈ ਕਿ ਅਸੀਂ ਖੜੇ ਕਿੱਥੇ ਆ ਤੇ ਦੂਏ ਪਾਸੇ ਸਵਿਟਜ਼ਰਲੈਂਡ ਵਰਗੇ ਦੇਸ਼ ਨੇ ਜਿਹੜੇ ਜੰਨਤ ਮੰਨੇ ਜਾਂਦੇ ਨੇ ਜਿਹੜੇ ਵਾਤਾਵਰਨ ਪੱਖੋਂ ਕੁਦਰਤ ਦੇ ਪੱਖੋਂ ਨੰਬਰ 1 ਦੇਸ਼ ਮੰਨੇ ਜਾਂਦੇ ਨੇ ਕਾਰਨ ਕਾਰਨ ਕਿਉਂ ਨੇ ਕਾਰਨ ਸਭ ਤੋਂ ਪਹਿਲਾਂ ਤਾਂ ਹੈ ਕਿ ਕੁਦਰਤੀ ਸੌਮਿਆਂ ਦੀ ਰੱਖਿਆ ਦੀ ਜ਼ਿੰਮੇਵਾਰੀ ਉੱਥੇ ਨਾਗਰਿਕਾਂ ਕੋਲ ਹੈ ਹਰ ਵਿਅਕਤੀ ਦੀ ਆਪਣੀ ਜ਼ਿੰਮੇਵਾਰੀ ਬਣਦੀ ਆ ਕਿ ਮੈਂ ਕੁਦਰਤ ਨੂੰ ਬਚਾਉਣਾ ਹੈ ਮੈਂ ਵਾਤਾਵਰਨ ਨੂੰ ਸ਼ੁੱਧ ਰੱਖਣਾ ਹੈ ਉੱਥੇ ਪਾਣੀ ਦੀ ਸ਼ੁੱਧਤਾ ਜਿਹੜਾ ਹੈ ਉਹ ਰਾਸ਼ਟਰੀ ਮੋ ਪਾਣੀ ਨੂੰ ਸਾਫ਼ ਰੱਖਣਾ ਰਾਸ਼ਟਰੀ ਜ਼ਿੰਮੇਵਾਰੀ ਹੈ ਹਰ ਵਿਅਕਤੀ ਦੀ ਹਰ ਨਾਗਰਿਕ ਦੀ ਚਾਹੇ ਉਹ ਸਰਕਾਰ ਦੇ ਵਿੱਚ ਹੈ ਚਾਹੇ ਉਹ ਸਰਕਾਰ ਤੋਂ ਬਾਹਰ ਹੈ ਚਾਹੇ ਉਹ ਆਮ ਨਾਗਰਿਕ ਹੈ ਚਾਹੇ ਉਹ ਕੋਈ ਨੁਮਾਇੰਦਾ ਹੈ ਕਿਸੇਤਰ ਦਾ ਉੱਥੇ ਪਾਣੀ ਨੂੰ ਸ਼ੁੱਧ ਰੱਖਣਾ ਹਰ ਵਿਅਕਤੀ ਦੀ ਰਾਸ਼ਟਰੀ ਜ਼ਿੰਮੇਵਾਰੀ ਹੈ ਇਸੇ ਤਰ੍ਹਾਂ ਕੰਕਰੀਟ ਦੇ ਜੰਗਲਾਂ ਉੱਤੇ ਰੋਕ ਲਗਾਉਣ ਲਈ ਸਖਤ ਕਾਨੂੰਨ ਨੇ ਇਸੇ ਤਰ੍ਹਾਂ ਉੱਥੇ ਕਾਰਬਨ ਨਿਕਾਸੀ ਰੋਕਣ ਲਈ ਸਖਤ ਟੈਕਸ ਨੇ ਇਸੇ ਤਰ੍ਹਾਂ ਖੇਤੀਯੋਗ ਜ਼ਮੀਨ ਬਚਾਉਣ ਲਈ ਕਿਸਾਨਾਂ ਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਅਸੀਂ ਕਿਵੇਂ ਖੇਤੀ ਵਾਲੀ ਜ਼ਮੀਨ ਬਚਾਉਣੀ ਹੈ ਇਥੇ ਖੇਤੀ ਵਾਲੀ ਜ਼ਮੀਨ ਖੋਈ ਜਾਂਦੀ ਆ ਕਿ ਅਸੀਂ ਕਿਵੇਂ ਉੱਤੇ ਪਰ ਕੰਕਰੀਟ ਦੇ ਮਹਿਲ ਉਸਾਰਨੇ ਨੇ ਕਿਵੇਂ ਫਲੈਟ ਖੜੇ ਕਰਨੇ ਨੇ ਕਿਵੇਂ ਅਸੀਂ ਜੰਗਲਾਂ ਨੂੰ ਖਤਮ ਕਰਕੇ ਉੱਥੇ ਕੋਈ ਕੰਪਲੈਕਸ ਉਸਾਰਨੇ ਨੇ ਸਾਡੇ ਦੇਸ਼ 'ਚ ਸਾਰਾ ਕੁਝ ਉਲਟ ਹੋ ਰਿਹਾ ਇਸ ਲਈ ਅਸੀਂ ਸਵਿਟਜ਼ਰਲੈਂਡ ਪਤਾ ਨਹੀਂ ਬਣਾਗੇ ਪਰ ਅਸੀਂ ਆਪਣੀ ਜਿਹੜੀ ਸੱਭਿਆਤਾ ਸੀ ਉਹ ਵੀ ਗਵਾਉਂਦੇ ਜਾ ਰਹੇ ਹਾਂ ਇਸ ਲਈ ਮੈਨੂੰ ਲੱਗਦਾ ਕਿਤੇ ਨਾ ਕਿਤੇ ਹੁਣ ਸਰਕਾਰਾਂ ਨੂੰ ਸੂਬੇ ਦੀਆਂ ਸਰਕਾਰਾਂ ਨੂੰ ਕੇਂਦਰ ਦੀਆਂ ਸਰਕਾਰਾਂ ਨੂੰ ਧਾਰਮਿਕ ਸੰਸਥਾਵਾਂ ਨੂੰ ਸਰਕਾਰੀ ਸੰਸਥਾਵਾਂ ਨੂੰ ਜਿਹੜੀਆਂ ਆਮ ਸੰਸਥਾਵਾਂ ਨੇ ਸਮਾਜਿਕ ਸੰਸਥਾਵਾਂ ਨੇ ਉਹਨਾਂ ਨੂੰ ਸਾਹਮਣੇ ਆ ਕੇ ਇੱਕ ਮਹਮ ਚਲਾਉਣੀ ਪੈਣੀ ਆ ਇਹ ਮਹਮ ਧਰਤੀ ਤੇ ਚੱਲੇ ਹਕੀਕਤ ਦੇ ਰੂਪ ਵਿੱਚ ਬੂਟੇ ਲੱਗੇ ਜਾਣ ਉਹਨਾਂ ਬੂਟਿਆਂ ਨੂੰ ਪਾਲਿਆ ਜਾਵੇ ਸੰਭਾਲਿਆ ਜਾਵੇ ਤੇ ਫੇਰ ਹੀ ਮੈਨੂੰ ਲੱਗਦਾ ਵਾਤਾਵਰਨ ਸ਼ੁੱਧ ਹੋਏਗਾ ਨਹੀਂ ਅਸੀਂ ਵੀ ਉਹ 92% ਵਿੱਚ ਸ਼ਾਮਲ ਰਵਾਂਗੇ ਜਿਹੜੇ ਗੰਧਲੀ ਹਵਾ 'ਚ ਸਾਹ ਲੈਂਦੇ ਨੇ ਇਸ ਲਈ ਇਹ ਚਿੰਤਾ ਵਾਲੀ ਗੱਲ ਆ ਅੱਛਾ ਖੁਰ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਦਿੱਲੀ ਤੋਂ ਖਬਰ ਆ ਰਹੀ ਹੈ ਰਾਜਨਾਥ ਸਿੰਘ ਤੋਂ ਬਾਅਦ ਅਮਿਤ ਸ਼ਾ ਦਾ ਗ੍ਰਹਿ ਮੰਤਰਾਲਾ ਸੰਭਾਲਣਾ ਬਿਲਕੁਲ ਜੀ ਇਹ ਪਹਿਲਾਂ ਹੀ ਚਰਚਾ ਸੀ ਕਿ ਜਦੋਂ ਨਰਿੰਦਰ ਮੋਦੀ ਦੀ ਕੈਬਨਿਟ ਬਣੇਗੀ ਤਾਂ ਉਹਦੇ ਵਿੱਚ ਅਮਿਤ ਸ਼ਾ ਜ਼ਰੂਰ ਮੰਤਰੀ ਦੇ ਰੂਪ ਵਿੱਚ ਹੋਣਗੇ ਤੇ ਅਮਿਤ ਸ਼ਾ ਜੇ ਮੰਤਰੀ ਹੋਣਗੇ ਮੰਤਰਾਲਾ ਉਹਨਾਂ ਕੋਲ ਹੋਵੇਗਾ ਤਾਂ ਕਿਹੜਾ ਹੋਵੇਗਾ ਫਿਰ ਜਦੋਂ ਉਹਨਾਂ ਨੂੰ ਗ੍ਰਹਿ ਮੰਤਰੀ ਬਣਾਇਆ ਗਿਆ ਰਾਜਨਾਥ ਸਿੰਘ ਨੂੰ 3 ਨੰਬਰ ਤੇ ਭੇਜਿਆ ਗਿਆ ਫਿਰ ਉੱਥੋਂ ਹੀ ਪਤਾ ਲੱਗ ਗਿਆ ਕਿ ਸਰਕਾਰ ਦੇ ਵਿੱਚ ਜੇਕਰ ਨਰਿੰਦਰ ਮੋਦੀ ਤੋਂ ਬਾਅਦ ਕਿਸੇ ਕੋਲ ਤਾਕਤ ਹੋਏਗੀ ਤਾਂ ਅਮਿਤ ਸ਼ਾ ਕੋਲ ਤਾਕਤ ਨਜ਼ਰ ਆਈ ਜੀ ਖਬਰ ਦਿੱਲੀ ਤੋਂ ਹੈ ਮੇਰੇ ਕੋਲ ਅਜੀਤ ਡਿਵਾਲ ਮੜਕੇ ਸੁਰੱਖਿਆ ਸਲਾਹਕਾਰ ਨੇ ਪਿਛਲੀ ਵਾਰ ਵੀ ਸੁਰੱਖਿਆ ਸਲਾਹਕਾਰ ਸੀ ਇਸ ਵਾਰ ਵੀ ਨਰਿੰਦਰ ਮੋਦੀ ਦੀ ਸਰਕਾਰ ਦੇ ਵਿੱਚ ਸੁਰੱਖਿਆ ਸਲਾਹਕਾਰ ਅਜੀਤ ਡਿਵਾਲ ਬੜਾ ਉਹਨਾਂ ਦੇ ਉੱਤੇ ਭਰੋਸਾ ਕੀਤਾ ਗਿਆ ਨਰਿੰਦਰ ਮੋਦੀ ਵੱਲੋਂ ਲਗਾਤਾਰ ਉਹਨਾਂ ਦੇ ਕੰਮਾਂ ਦੇ ਰਾਹੀਂ ਸਾਰੇ ਸੁਰੱਖਿਆ ਨਾਲ ਸੰਬੰਧਿਤ ਫੈਸਲੇ ਲਏ ਗਏ ਚਾਹੇ ਉਪਲਵਾਮਾ ਹਮਲੇ ਤੋਂ ਬਾਅਦ ਸਰਜਿਕਲ ਸਟ੍ਰਾਈਕ ਵਾਲੇ ਮਸਲੇ ਹੋਣ ਚਾਹੇ 에ਅਰ ਸਟ੍ਰਾਈਕ ਵਾਲੇ ਮਸਲੇ ਹੋਣ ਕਿ ਨਹੀਂ ਮਸਲੇ ਨੇ ਪਰ ਇਸ ਵਾਰ ਅਜੀਤ ਡਿਵਾਲ ਨੂੰ ਉਹਨਾਂ ਨੇ ਨਾਲ ਦੀ ਨਾਲ ਜਿਹੜਾ ਅਹੁਦਾ ਦਿੱਤਾ ਉਹ ਦੇ ਦਿੱਤਾ ਜੀ ਮੰਤਰੀ ਦੇ ਤੌਰ ਤੇ ਬਿਲਕੁਲ ਜੀ ਇੱਕ ਮੰਤਰੀ ਕੈਬਨਿਟ ਮੰਤਰੀ ਦੇ ਦਰਜਾ ਮਿਲਿਆ ਅਜੀਤ ਦਿਵਾਲ ਨੂੰ ਉਹਨਾਂ ਲਈ ਵਧਾਈਆਂ ਦਾ ਦਿਨ ਸੀ ਲੋਕ ਮੁਬਾਰਕਾਂ ਦੇ ਰਹੇ ਸੀ ਜੀਤ ਦਿਵਾਲ ਜੀ ਤੁਹਾਡੀ ਵਾਪਸੀ ਵੀ ਹੋਈ ਹੈ ਤੇ ਤੁਹਾਨੂੰ ਕੈਬਨਿਟ ਮੰਤਰੀ ਦਾ ਦਰਜਾ ਵੀ ਪਰ ਨਹੀਂ ਜੀ ਅਸਲ ਦੇ ਵਿੱਚ ਤਾਂ ਤਾਕਤ ਤਾਂ ਇਸ ਵਾਰ ਅਮਿਤ ਸ਼ਾ ਕੋਲ ਹੈ ਅਜੀਤ ਦਿਵਾਲ ਕੋਲ ਨਹੀਂ ਹੈ ਖਬਰ ਇਹੋ ਆ ਖਬਰ ਇਹ ਹੈ ਕਿ ਅੱਗੇ ਹਰ ਵਾਰ ਜਿਹੜਾ ਵੀ ਫੈਸਲਾ ਹੁੰਦਾ ਸੀ ਸੁਰੱਖਿਆ ਨਾਲ ਸੰਬੰਧਿਤ ਉਹ ਗ੍ਰਹਿ ਮੰਤਰੀ ਤੋਂ ਪਹਿਲਾਂ ਵੀ ਅਜੀਤ ਦਿਵਾਲ ਹੀ ਲੈਂਦੇ ਸੀ ਰਾਜਨਾਥ ਸਿੰਘ ਤਾਂ ਦੱਸਿਆ ਹੀ ਜਾਂਦਾ ਸੀ ਕਹਿੰਦੇ ਕਿ ਆਪਾਂ ਇਦਾਂ ਕਰਨਾ ਜੀ ਆ ਆ ਆ ਥੈ ਹੋਇਆ ਤੇ ਨਰਿੰਦਰ ਮੋਦੀ ਵੀ ਅਜੀਤ ਡੁਵਾਲ ਦੀ ਜਿਆਦਾ ਸੁਣਦੇ ਸੀ ਪਰ ਇਸ ਵਾਰ ਸਾਰਾ ਕੁਝ ਉਲਟਾ ਹੋ ਰਿਹਾ ਜਨਾਬ ਨਰਿੰਦਰ ਮੋਦੀ ਤੋਂ ਬਾਅਦ ਹੁਣ ਅਮਿਤ ਸ਼ਾ ਫੈਸਲੇ ਲੈਂਦੇ ਨੇ ਕਿ ਕਰਨਾ ਕੀ ਆ ਸਵੇਰੇ 10 ਵਜੇ ਹਰ ਰੋਜ਼ ਮੈਂ ਪਿਛਲੇ ਸਰਕਾਰ ਦੀ ਗੱਲ ਕਰ ਰਿਹਾ ਪਿਛਲੀ ਸਰਕਾਰ ਦੇ ਵਿੱਚ ਹਰ ਰੋਜ਼ ਸਵੇਰੇ 10 ਵਜੇ ਅਜੀਤ ਡੁਵਾਲ ਬੈਠਕ ਲੈਂਦੇ ਸੀ ਕਿਹਦੀ ਬੈਠਕ ਲੈਂਦੇ ਸੀ ਆਈਬੀ ਦੀ ਤੇ ਖੁਫੀ ਏਜੰਸੀਆਂ ਰਾਹ ਦੀ ਤੇ ਇਸ ਵਾਰ 10 ਵਜੇ ਅਜੀਤ ਟਿਵਾਲ ਨੂੰ ਫੋਨ ਆਉਂਦਾ ਕਿ ਅਮਿਤ ਸ਼ਾਹ ਜੀ ਨੇ ਤੁਹਾਨੂੰ ਬੁਲਾਇਆ ਬੈਠਕ ਲਈ ਬਿਲਕੁਲ ਜੀ ਬੇਸ਼ੱਕ ਕੈबिनेट ਮੰਤਰੀ ਦਾ ਦਰਜਾ ਤੇ ਭਾਰਤੀ ਸਲਾਖਿਆ ਸਲਾਹ ਕਰਨੇ ਪਰ ਚੌਂਕੀ ਭਰਨੀ ਪੈਗੀ ਹੁਣ ਅਮਿਤ ਸ਼ਾਹ ਦੀ ਅਮਿਤ ਸ਼ਾਹ ਦੀ ਮੀਟਿੰਗ ਜਾਂਦੇ ਨੇ ਅਜੀਤ ਟਿਵਾਲ ਇਹਦੇ ਕੀ ਅਰਥ ਕੱਢੇ ਜਾਣ ਬਿਲਕੁਲ ਹੁਣ ਹਰ ਰੋਜ਼ ਜਿਹੜੀ ਬੈਠਕ ਲਈ ਜਾਂਦੀ ਹੈ ਸੁਰੱਖਿਆ ਏਜੰਸੀਆਂ ਦੀ ਖੁਫੀਆ ਏਜੰਸੀਆਂ ਦੀ ਉਹ ਸਾਰੀ ਅਮਿਤ ਸ਼ਾਹ ਲੈ ਰਹੇ ਨੇ ਤੇ ਉਹਦੇ ਵਿੱਚ ਅਜੀਤ ਟਿਵਾਲ ਨਾਲ ਨੇ ਹੁਣ ਫੈਸਲਾ ਅਮਿਤ ਸ਼ਾਹ ਲੈ ਰਹੇ ਨੇ ਜੰਮੂ ਕਸ਼ਮੀਰ ਜੇ ਮੁਕ ਕਸ਼ਮੀਰ ਦਾ ਪੂਰਾ ਪੂਰਾ ਚਾਰਜ ਇਸ ਸਮੇਂ ਅਮਿਤ ਸ਼ਾਹ ਦੇ ਕੋਲ ਹੈ ਅਮਿਤ ਸ਼ਾਹ ਉੱਥੇ ਦੀ ਪੂਰੀ ਗੁਣਵੱਤਾ ਨੂੰ ਸਮਝ ਰਹੇ ਨੇ ਉੱਥੇ ਦੀ ਮਹੱਤਤਾ ਨੂੰ ਸਮਝ ਰਹੇ ਨੇ ਤੇ ਉੱਥੇ ਕਿਤੇ ਨਾ ਕਿਤੇ ਧਾਰਾ 370 ਵਾਲੀ ਗੱਲ ਹੋਵੇ ਚਾਹੇ ਵਿਧਾਨ ਸਭਾ ਸੀਟਾਂ ਵਧਾਉਣ ਦੀ ਗੱਲ ਹੋਵੇ ਚਾਹੇ ਉੱਥੇ ਪਾਕਿਸਤਾਨ ਨਾਲ ਸੰਬੰਧਿਤ ਸੁਰੱਖਿਆ ਦੇ ਮਸਲਿਆਂ ਦੀ ਗੱਲ ਹੋਵੇ ਹੁਣ ਸਾਰਾ ਕੁਝ ਅਮਿਤ ਸ਼ਾਹ ਦੇਖ ਰਹੇ ਨੇ ਤੇ ਅਜੀਤ ਡਿਵਾਲ ਹੁਣ ਉਹਨਾਂ ਦੇ ਨਾਲ ਨੇ ਜੀ ਅਜੀਤ ਡਿਵਾਲ ਦੀਆਂ ਪਾਵਰਾਂ ਕਟ ਗਈਆਂ ਤਾਕਤ ਘਟ ਗਈ ਚਾਹੇ ਦੇਖਣ ਨੂੰ ਰੈਂਕ ਵਧ ਗਿਆ ਕਿ ਤੁਹਾਨੂੰ ਮੰਤਰੀ ਦਾ ਅਹੁਦਾ ਹੈ ਤੁਹਾਨੂੰ ਕੈਬਨਿਟ ਮੰਤਰੀ ਦਾ ਦਰਜਾ ਪਰ ਦਰਜਾ ਦੇ ਕੇ ਵੀ ਪਰ ਕੁੱਤਰਤੇ ਕਿਤੇ ਨਾ ਕਿਤੇ ਅਮਿਤ ਸ਼ਾਹ ਹੁਣ ਚਲਾਉਣਗੇ ਕਿ ਰਾ ਨੇ ਕੀ ਕਰਨਾ ਹੈ ਆਈਬੀ ਨੇ ਕੀ ਕਰਨਾ ਹੈ ਸੁਰੱਖਿਆ ਏਜੰਸੀਆਂ ਨੇ ਕੀ ਕਰਨਾ ਹੈ ਖੂਪੀ ਏਜੰਸੀਆਂ ਨੇ ਕੀ ਕਰਨਾ ਹੈ ਮੋਦੀ ਤੋਂ ਬਾਅਦ ਅਮਿਤ ਸ਼ਾਹ ਤੇ ਅਮਿਤ ਸ਼ਾਹ ਤੋਂ ਬਾਅਦ ਹੀ ਬਾਕੀਆਂ ਦੀ ਵਾਰੀ ਆਏਗੀ ਇਸ ਲਈ ਅਜੀਤ ਡਿਵਾਲ ਜੀ ਤੁਹਾਨੂੰ ਸੁਰੱਖਿਆ ਸਲਾਹਕਾਰ ਬਣ ਦੀਆਂ ਵਧਾਈਆਂ ਪਰ ਅਫਸੋਸ ਇਸ ਵਾਰ ਪਰ ਕੁੱਤਰੇ ਗਏ ਫਿਰ ਲੈ ਕੇ ਆਵਾਂਗਾ ਹੋਰ ਖਬਰ ਤਦ ਤੱਕ ਲਈ ਮੈਨੂੰ ਦਿਵਾਕ ਵਰਾਂ ਦੀ ਖਬਰ